ਜੀਭ ਉੱਤੇ ਜੰਮ ਰਿਹਾ। ਮੈਨੂੰ ਗੁੱਸਾ ਆ ਰਿਹਾ, ਆਪਣੇ ਆਪ ਤੇ ਬਹੁਤ ਗੁੱਸਾ ਆ ਰਿਹਾ। ਮੈਂ ਹਵਾ ਦੀ ਤਲਾਸ਼ ਵਿੱਚ ਆ, ਪਾਣੀ ਦੀ ਤਲਾਸ਼ ਵਿੱਚ ਆ, ਮੈਂ ਘੁੰਮ ਰਿਹਾ ਹਾਂ। ਇਸ ਨਾਟਕ ਦਾ ਸੂਤਰਧਾਰ ਹੋਣ ਦੇ ਨਾਤੇ ਅੱਜ ਤੁਹਾਨੂੰ ਸਾਰਿਆਂ ਨੂੰ ਇੱਕ ਕਹਾਣੀ ਸੁਣਾਉਂਦਾ, ਆਦਮ ਪਾਣੀ ਤੇ ਹਵਾ ਦੀ। ਈਸਾ ਤੋਂ ਪਹਿਲਾਂ ਵੈਦਿਕ ਕਾਲ, ਰਿਸ਼ੀਆਂ ਦੀ ਧਰਤੀ ਤੇ ਰਿਸ਼ੀਆਂ ਦੀ ਸਮਾਧੀ। ਰੇਗਿਸਤਾਨ ਵਿੱਚ ਜਿਹੜਾ ਪਾਣੀ ਹੈ, ਜੋ ਤਲਾਬ ਵਿੱਚ ਹੁੰਦਾ ਹੈ, ਜੋ ਘੜੇ ਵਿੱਚ ਹੁੰਦਾ ਹੈ, ਉਹ ਸਾਰਾ ਪਾਣੀ